ਨਾ ਮੈਂ ਇਹ ਸੋਨੇ ਦੇਨ ਜਾਂ ਕੁੜੀਆਂ ਨੇ ਬਿਆਨ ਬਸ ਸਾਰੇ ਵਿਊਰਾਂ ਦੇ ਕਮੈਂਟਾਂ ਤੇ ਵੀ ਵਾਲੇ ਸਾਹਿਬ ਤੇਰੇ ਨੇ ਕੀ ਗਿਫਟ ਕੀਤੀ ਤੁਸੀਂ ਕਿਹੜੀ ਚੀਜ਼ ਮੈਂ ਗਿਫਟ ਕੀਤੀ ਹੈ ਅੱਜ ਤੋਂ ਬਾਅਦ ਮੈਂ ਹਵੇਲੀ ਨਾਤ ਨਹੀਂ ਰੱਖਣੀ ਦਰਵਾਜ਼ਾ ਮੈਂ ਰੱਖਣਾ ਜਿਹੜਾ ਅੱਲਾਹ ਤਾਲਾ ਦੇ ਘਰ ਉਸਮਾਨ ਗਿਆਨ ਉਹ ਤੋਂ ਦਿਖਾਵਾਂ ਉਹ ਕਿਹੜਾ ਹੈ ਵੀਰ ਭਾਬੀ ਜਾਨ ਕਰਨਾ ਆਪਣੇ ਮੂੰਹ ਜਈ ਵਦੀ ਭਾਬੀ ਜਾਨ ਵਾਸਤੇ ਤੇ ਕੋ ਗੇ ਮੂੰਹ ਜਈ ਵਦੀ ਯਾਰ ਸਾਡੀ ਭਾਬੀ ਹੈ ਭਈ ਭਾਬੀ ਵਾਸਤੇ ਕੋਈ ਮੂੰਹ ਜਾ ਸਕਦੀ ਜ਼ਰਬਾ ਸਿੱਧਾ ਕਰ ਤੇਰੀ ਮਿਹਰਬਾਨੀ ਅੱਛਾ ਭਾਬੀ ਆਉਣਾ ਕਰਣ दिमाग प्योर आज की वीडियो शुरू करने तो पहले सारे चैनल को सब्सक्राइब चेक करो फेसबुक को फॉलो कौन में किया था फॉलो कर गिनो क्या प्लान खड़े थी ना अरे बोलवा बारू बड़ा सच्ची बात प्लान क्या थी ना पेन बारू बड़ा बारू ना ना पकावण दी क्या प्लान थी दर्द अंदर दे प्लान क्या थी ना खा मैं के जाकर इथा बणा दा तो लेनो को सब चुप करके तो भाभी ते सब पकाने व्यूअर कबूतरा ने प्लान थी ना पर अट सर्दी लगती है महफूज जगह कबूतरा खुद ही मिस्त्री केड़ा चाम को ये समझ नहीं आंदी पे चलो कोई ना कोई करांदा बिरा थोड़ा आज नहीं चाम हते अजो आज मतलब सवेरी ते बणावणी अजो आज बणावणी हुन मैं फ्री टाइम च खणा हुन मैं जल्दी बणा के तारा फ्री टाइम यही होए हां ते भी हां शाम फ्री नहीं पे हुन शाम को सब मिस्त्री मकसद है भाई वो कार देसे ना सुख वैसे ना वाला कबूतर छोड़ देना सर्दी ते पयन ते भी शादी करवाओ इने तुसे मेरी घर पेटिया ने बस हो सवेरे सवेरे दा टाइम है पिया ससुराल वाले सारे आए खणन इस टाइम तक वो मतलब पीछे खणन ते मैं कैमरे दे कोनी शो की दे ससुराल दी तरफ मैं को सामान मिला हां इंगलो अम्मी सा को अपने हाथ का नाश्ता बना के रहनी होती है अगर तुसा अपनी थी भेण वास्ते या घर वास्ते गिने तो इन नाल दा बिल्कुल गिन सकते हो आ राजा ये देखो गिलास ही सेमी दे नाल दा दो है मेरे ख्याल से एक बजे थारी ब्रेक दा टाइम खत्म थी गया अपने अपने घर बिल्ली दा कोई पता कौन नहीं बिल्ली किधर हुई आ सकती है चलो 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 अंदर 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 चलो ब्रेक दा टाइम खत्म भला जिने मैं फ्री थी सा वाथो कडे सा इना को व्यूअर ब्रेक होंदी वे एक टू दो दे दरमियान जिमे बाला को छुट्टी होंदी मैं इना को ई साथ ब्रेक देना होना चेक करो आए हाय हाय नवे नवे चार पाए नाल होंडा की मैं खड़े अंदर हाली सामान की सेटिंग थी वदी वो कार घिनन रविवार एक आधा घंटा घंटा लाया होसी असा के सामान थे हां इतना लग गया घंटा मेहनत करण के बाद माशाल्लाह सारा सामान थी चुका रेडी इतना महंगा महंगा सामान मेरे ससुराल लेते दिखावा माशाल्लाह ए वेलकम ए तो की तो शुरू करावा तो ए फ्रिज तो इधर खैर लाइट बल दी भी है वाला वालो इस्त्री स्टैंड तो ए पखा ही है पिया वाशिंग मशीन व चार पाया वाला हो जिने भी और तले चार पे मेरे बाबा जान ने मेरे को गिफ्ट की थे ए ये आ जा अच्छा अच्छा ए चा
ਮੈਂ ਕੋ ਸਭ ਤੋਂ ਜ਼ਿਆਦਾ ਪਸੰਦ ਹੈ ਬੀਆ ਤੁਸਾਂ ਕਿਹਨ ਕਿਹਾ ਹੈ ਨਾ ਇਹ ਇਹਨਾਂ ਦੇ ਇਹ ਮੈਂ ਜਵਾ ਆ ਜਾਵਾਂ ਚਾਚਾ ਤੇ ਮੇਰੇ ਐਸੇ ਪੈਸੇ ਬਾਬਾ ਜਾਨੀ ਨੇ ਮੈਂ ਵੀਰ ਮੈਂ ਕੋ ਇਹ ਗਿਫਟ ਕੀਤੇ ਨੂੰ ਸਾਰਿਆਂ ਤੋਂ ਜ਼ਿਆਦਾ ਪਸੰਦ ਮੈਂ ਕੋ ਇਹ ਹਨ ਪੀਆ ਬਾਅਦ ਜਿਹੜੇ ਹਨ ਪੈਨ ਮੈਂ ਸਸੁਰਾਲ ਦੇ ਜਿਹੜੇ ਚਾਰ ਪੈ ਉਹ ਪਸੰਦ ਹਨ ਪੀਆ ਉਹਨਾਂ ਦੇ ਬਾਅਦ ਇਹ ਫਲਦੇ ਪੇਟੇ ਹਨ ਪੀਆ ਪੇਟਿਆਂ ਦੇ ਵਿੱਚ ਬਿਸਤਰੇ ਪੈਣ ਤੇ ਠੀਕ ਹੈ ਇਹ ਵੀ ਜ਼ਿਆਦਾ ਅੱਟੇ ਦੀ ਜਗ੍ਹਾ ਤੇ ਇਸਤੇਮਾਲ ਚਿੰਦੀ ਇਹਦੇ ਵਿੱਚ ਮਕਸਦ ਦੇ ਬੈਗ ਤੁਸੀਂ ਕਿਤੇ ਆਉਣ ਵਾਲਿਆਂ ਵਾਸਤੇ ਇਸਤੇਮਾਲ ਕਰਨ ਇਹ ਪੀੜੀਆਂ ਹੋਈਆਂ ਪੀਆ ਮਕਸਦ ਦਿਹਾਤੀ ਨਿਜ਼ਾਮ ਹੁੰਦੇ ਸਾਰੇ ਕਿਚਨ ਕੋਈ ਨਹੀਂ ਹੁੰਦੇ ਅਸਾਂ ਸਿਰਫ ਭਾਲੀ ਕੋਠੀ ਬਣਾਉਣ ਕਿ ਰੋਟੀਆਂ ਪਕਾਏ ਚੋਲ ਤੱਲੇ ਬਣਾਉਣੇ ਤੱਲੇ ਬੜਾ ਕੇ ਤੇ ਸਕੂਨ ਨਾਲ ਰੋਟੀ ਖਾਦੀ ਵਾਲਾ ਉਹਨਾਂ ਦੇ ਉੱਤੇ ਬੰਦਾ ਬਹਿ ਜਾਂਦਾ ਇੱਕ ਦੇ ਉੱਤੇ ਦੁਲਹਨ ਬਹਿ ਜਾਂਦੀ ਇੱਕ ਤੇ ਦੁਲਹਾ ਬਹਿ ਜਾਂਦਾ ਮਤਲਬ ਹੈ ਕਿ ਜਿਵੇਂ ਸਸੁਰਾਲ ਲੈਂਦਾ ਪੇਟੀ ਹੀ ਵੇਪੀ ਇਹਦੇ ਵਿੱਚ ਦੁਲਹਨ ਦੇ ਕੱਪੜੇ ਇਹਦੇ ਵਿੱਚ ਦੁਲਹਨ ਦੇ ਕੱਪੜੇ ਇਹਦੇ ਵਿੱਚ ਵੀ ਬਣੇ ਇਹ ਹੈ ਵੀ ਪਿਆ ਮਤਲਬ ਹੈ ਕਿ ਉਹ ਹੁਣਨ ਵੇ ਭਾਂਡੇ ਇਹਨੇ ਕਿਆ ਸਰੀਂਦਾ ਓਰਲੀਆਂ ਦੇਖਦੇ ਹਨ ਪਰਲੇ ਪਤੀਲੇ ਹਾਂ ਇਹ ਭਾਂਡੇ ਵਗੈਰਾ ਹੋਣ ਪੇ ਉਹ ਤੁਸੀਂ ਆਪ ਦੇ ਦੇ ਵਿੱਚ ਕਿਉਂਕਿ ਔਰਤਾਂ ਜਿਹੜੀਆਂ ਪਿੰਨੋਂ ਕੋ ਸਮੇਂ ਲੱਗਵੇ ਜਵਾਨਾਂ ਪੇ ਉਹਨਾਂ ਕੋ ਛੋਟੀ ਘਾਟ ਸਮੇਂ ਲੱਗਸੀ ਇਹਦੇ ਦੇ ਵਿੱਚ ਤਰਸਲਾਂ ਲੈ ਦੇ ਵਿੱਚ ਇਹਦੇ ਵਿੱਚ ਅੰਦਰ ਮਾਸ਼ਾਅੱਲਾ ਇਹ ਵੀ ਵਰ ਟੋਟਲ ਸ਼ੀਸ਼ੇ ਦਾ ਸਮਾਨ ਇਹ ਦੇਖੋ ਇਹ ਟੋਟਲ ਸ਼ੀਸ਼ੇ ਦਾ ਸਮਾਨ ਹੀ ਵੇਪਿਆ ਠੀਕ ਹੈ ਇਹਦੇ ਵੱਲ ਇਹ ਤਾਂ ਕੰਦਰੂਰੀ ਖਾ ਰਹੇ ਨਾ ਇਹ ਦੇਖੋ ਅੱਲਾਹ ਤਾਲਾ ਦੇ ਘਰ ਵੀ ਮੇਰਾ ਸਮਾਨ ਆਇਆ ਹੋਇਆ ਕਿਉਂਕਿ ਮੇਰੇ ਜਿਹੜਾ ਸੱਸ ਤੇ ਮੇਰਾ ਜਿਹੜਾ ਸਹੁਰਾ ਹੈ ਨਾ ਅੱਲਾਹ ਤਾਲਾ ਦੇ ਘਰ ਗਏ ਹਨ ਮਤਲਬ ਕਿ ਉਮਰਾ ਕਰਨ ਤਕਰੀਬਨ 3 ਮਹੀਨੇ ਪਹਿਲੇ ਤਾਂ ਬਲਾ ਉੱਥੋਂ ਹੀ ਮੇਰੇ ਵਾਸਤੇ ਸਮਾਨ ਗਿਆ ਉਹ ਉਮਰਾ ਕੇ ਜਿਹੜਾ ਅੱਲਾਹ ਤਾਲਾ ਦੇ ਘਰੋਂ ਸਮਾਨ ਗਿਆ ਉਹ ਤਾਂ ਦਿਖਾਵਾਂ ਉਹ ਕਿਹੜਾ ਹੈ ਪਿਆ ਉਹ ਮਾਸ਼ਾਅੱਲਾ ਵੀਵਰ ਇਹ ਵੇਪਿਆ ਜਿਹੜਾ ਸਾਹਮਣੇ ਖੜਾ ਤੇ ਨਾ ਇਹ ਖੜਤੋ ਕੁੱਤ ਲਹਾ ਕੇ ਦਿਖਾਵਾਂ ਇਹ ਅੱਲਾਹ ਤਾਲਾ ਦੇ ਘਰੋਂ ਆਇਆ ਹਾਂ ਨੀ ਮੂਲੇ ਚੈੱਕ ਕਰ ਇਹ ਚੈੱਕ ਕਰ ਉੱਤੇ ਅੱਲਾਹ ਤਾਲਾ ਦਾ ਉਹ ਨਿਸ਼ਾਨ ਹੀ ਬਣਿਆ ਹੋਇਆ ਸੀ ਇਹ ਉਹ ਬਣਿਆ ਹੋਇਆ ਖੱਜੀ ਬਣੀ ਹੋਈ ਬਾਅਦ ਅੱਲਾਹ ਤਾਲਾ ਦੇ ਘਰ ਵਿੱਚ ਚਮਚਾ ਆਇਆ ਹਾਂ ਇਹ ਦੇਖੋ ਇਹ ਚਮਚੇ ਹੀ ਹਨ ਪਏ ਮਾਸ਼ਾਅੱਲਾ ਸ਼ੀਸ਼ੇ ਦਾ ਸਮਾਨ ਠੀਕ ਹੈ ਅੰਦਰ ਵੀ ਸ਼ੀਸ਼ੇ ਦਾ ਸਮਾਨ ਹੀ ਪਿਆ ਇਹ ਮਤਲਬ ਹੈ ਕਿ ਕਸਟਰਡ ਵਗੈਰਾ ਜਾਂ ਸਾਲਣ ਵਾਸਤੇ ਇਸਤੇਮਾਲ ਥੀ ਵਨ ਬਾਤ ਵਾਲੋ ਗਿਲਾਸਾਂ ਨੇ ਲੈਣ ਦੇ ਵਿੱਚ ਤਾਂ ਗਿਲਾਸ ਹੀ ਹਨ ਕਾਪੀਆਂ ਪਏ ਵਾਲੇ ਜੂਸ ਵਾਲੇ ਗਿਲਾਸ ਦੇ ਸਾਹਮਣੇ ਖੜੇ ਹੋਏ ਤੇ ਬਾਤ ਇਹ ਵੀ ਜੱਗ ਗਿਲਾਸ ਪਾਣੀ ਇਸਤੇਮਾਲ ਵਾਸਤੇ ਤਲੇ ਵਾਲੋ ਪਲੇਟਾਂ ਕਣ ਡਿਨਰ ਮਤਲਬ ਕਿ ਰੋਟੀਆਂ ਵਗੈਰਾ ਤੇ ਮਤਲਬ ਕਿ ਸਾਲਣ ਵਗੈਰਾ ਇਹ ਉਹ ਸਮਾਨ ਸਾਰਾ ਹੈ ਔਰ ਉਹਦੇ ਬਾਅਦ ਵਾਲੋ ਇਹ ਹੁੰਦੇ ਵੇ ਇਹ ਓਵਨ ਹੈ ਪੀ ਮਤਲਬ ਤੁਸੀਂ ਸਾਰੇ ਵੀ ਉਹਨਾਂ ਕੋਈ ਪਤ ਕੇ ਰੋਟੀ ਵਗੈਰਾ ਜਾਂ ਸਾਲਣ ਵਗੈਰਾ ਗਰਮ ਕਰਨ ਵਾਸਤੇ ਇਹ ਹੁੰਦੇ ਪੀ ਫਿਲਹਾਲ ਅਸਾਂ ਪਤਾ ਕਿਉਂ ਨਹੀਂ ਓਪਨ ਕਰਾਂਦੇ ਪਏ ਇਹਦੀ ਵਜ੍ਹਾ ਇਹ ਹੈ ਕਿ ਥੋੜਾ ਜਿਹਾ ਨਵਾਂ ਨਵਾਂ ਹੈ ਪੀ ਨਾ ਐਸਾ ਹੈ ਪੀ ਸਮਾਨ ਬੜਾ ਅੱਛਾ ਜ਼ੋਰਦਾਰ ਵੀਰ ਮੈਂ ਕੋ ਆ ਦੇਖਣੇ ਆ ਕਿ ਜਿਹੜਾ ਸਸੁਰਾਲ ਦਾ ਸਮਾਨ ਹੈ ਪਿਆ ਜਿਹੜਾ ਤੁਸੀਂ ਦਹੇਜ ਦਾ ਸਮਾਨ ਕੀਤਾ ਤੁਸਾਂ ਨੇ ਮਤਲਬ ਉਹਨਾਂ ਕਿਨੇ ਮੰਗ ਕੇ ਕੀਤਾ ਤਾਂ ਇਹ ਮੈਂ ਤੁਹਾਨੂੰ ਆਪਣੀ ਜਿਹੜੀ ਸਾਸੂ ਮਾਂ ਉਹਦੀ ਰਿਕਾਰਡਿੰਗ ਹੀ ਤੁਹਾਨੂੰ ਮੈਂ ਸੁਣਾ ਰਿਹਾ ਉਹਨੇ ਕਿਨੇ ਸਮਾਨ ਗਿੱਧੇ ਜਾਂ ਉਹਨਾਂ ਨੇ ਖੁਦ ਆਪਣੀ ਖੁਸ਼ੀ ਤੋਂ ਆਪਣੀ ਧੀ ਕੋ ਦਿੱਤਾ ਉਹਨਾਂ ਨੇ ਜੋ ਅੱਬੂ ਹੁਣ ਨੇ ਜਾਂ ਮੈਂ ਜਾਂ ਕਈ ਬੰਦੇ ਤੁਹਾਨੂੰ ਆਖਿਆ ਵੀ ਸਭ ਸਮਾਨ ਦਿਓ ਕੋਈ ਨਾ ਸਾ ਆਪਣੇ ਸ਼ਬ ਕੋ ਦਿੱਤਾ ਆਪਣੀ ਖੁਸ਼ੀ ਤੋਂ ਦਿੱਤਾ ਵੀ ਆਪਣੀ ਧੀ ਕੋ ਦਿੱਤਾ ਹੈ ਨਾ ਜੀ ਵੀ ਬਸ ਹੁਣ ਗਿਨੋ ਉਹ ਤਸੱਲੀ ਠੀਕ ਹੈ ਤਾਂ ਬਲਾਏ ਬਲਾ ਮੈਂ ਕੋ ਕਮੈਂਟ ਨਾ ਮੈਂ ਪੇਜ ਸਾਰਿਆਂ ਦੀ ਗੱਲ ਨਹੀਂ ਕਰਨਾ ਪਿਆ ਕਿ ਸਾਰਿਆਂ ਨੇ ਮੈਂ ਕੋਈ ਕਮੈਂਟ ਕੀਤਾ ਵਿੱਚ ਕੁਝ ਲੋਕ ਹਨ ਪੇਜ ਮਤਲਬ ਜਿਨ੍ਹਾਂ ਕੋ ਤਸੱਲੀ ਕੋ ਨਹੀਂ ਤਸੱਲੀ ਠੀਕ ਹੈ ਯਾਰ ਅਸਾਂ ਇਹ ਕੋ ਨਹੀਂ ਸਭ ਕੋ ਅੱਲਾਹ ਤਾਲਾ ਨੇ ਹਰ ਸ਼ੈ ਦਿੱਤੀ ਹੋਈ ਕਿ ਅਗਰ ਕੋਈ ਖੁਸ਼ੀ ਤੋਂ ਲੈਣਾ ਪਿਆ ਤਾਂ ਅਸਾਂ ਰੋਕ ਨਹੀਂ ਸਕਦੇ ਵੀ ਨਹੀਂ ਜੀ ਤੁਸੀਂ ਆਪਣੀ ਬੇਟੀ ਖੁਸ਼ ਹੋ ਜਾਂਦੇ ਉਹ ਆਸਾਂ ਜਿਹਦਾ ਫਰਕਾ ਲਈ ਆ ਲਾਗੇ ਤੇ ਜਿਤਨੇ ਗੱਤੇ ਹੀ ਪੈਣਾ ਇਹ ਟੋਟਲ ਉਹਨੇ ਜੇ ਸਮਾਨ ਨਿਕਲੇ ਦੇ ਵਿਵਰ ਸਾਰਾ ਸਮਾਨ ਤੁਸੀਂ ਦੇ ਕੇ ਦੇ ਅੱਬੂ ਇਹ ਨਾ ਸਾਰੇ ਵਿਵਰਾਂ ਦੇ ਕਮੈਂਟ ਆਂ ਵੀ ਵਾਲੇ ਸਾਹਿਬ ਤੇਰੇ ਨੇ ਕੀ ਗਿਫਟ ਕੀਤੀ ਤੁਸੀਂ ਕਿਹੜੀ ਚੀਜ਼ ਮੈਂ ਗਿਫਟ ਕੀਤੀ ਹੈ ਚਾਰ ਪੈ ਮਾਸ਼ਾਅੱਲਾ ਵੀ ਔਰ ਸਾਰਿਆਂ ਕਿਨੇ ਅੱਛਾ ਮੈਂ ਕੋ ਜ਼ਿਆਦਾ ਖੂਬਸੂਰਤ ਵੀ ਇਹ ਚਾਰ ਪੈ ਲੇਕਿਨ ਮਤਲਬ ਮੇਰੇ ਸਸੁਰਾਲ ਨੇ ਵੀ ਮਾਸ਼ਾਅੱਲਾ ਖੂਬਸੂਰਤ ਲੇ ਲੇਕਿਨ ਉਹ ਲੂਹੇ ਜਨ ਕਿ ਤੁਸੀਂ ਆਪਣੇ ਤੇਰੇ ਪੈਸੇ ਲੱਗੇ ਪਏ ਉਹਨੇ ਵਲਾਤ ਪਤਾ ਲੱਗੇ ਮਤਲਬ ਕਿ ਖੂਬਸੂਰਤ ਦੀ ਗੱਲ ਕਰਨਾ ਪਿਓ ਲੱਕੜ ਦੇ ਜ਼ਿਆਦਾ ਹਨ ਪਿਓ ਮਾਸ਼ਾਅੱਲਾ ਰਿਠੇ ਵੇ ਇਹਨਾਂ ਦੇ ਪਾਵੇ ਰਿਠੇ ਵੇ ਮਾਸ਼ਾਅੱਲਾ ਇਹ ਖੂਬਸੂਰਤ ਨੇ ਇਹ ਜੋੜਾ ਦਿੱਤੇ ਤੁਸੀਂ ਆਪਣੀ ਤਰਫੋਂ ਗਿਫਟ ਤੇ ਵੇਲੇ ਮੁੰਡੇ ਨੇ ਮੈਂ ਕੋ ਹੋਂਡਾ ਗਿਫਟ ਕੀਤਾ ਆਵੇ ਇਹ ਮਤਲਬ ਹੈ ਕਿ ਸ਼ਾਦੀ ਦੇ ਬਰੂਤੀ ਆ ਲੇਕਿਨ ਇਹ ਕਿ ਮੈਂ ਕਢਵਾ ਪੈ ਲੇਗੀ ਦਾ ਆਵੇ ਕਾਫੀ ਜ਼ਿਆਦਾ ਵੀਵਰਾਂ ਦੇ ਕਮੈਂਟ ਹਨ ਸ਼ਰਾਜ਼ ਭਾਈ ਕਿ ਕਰਾਂਦੇ ਉਹ ਬੈਡਰੂਮ ਦੇ ਵਿੱਚ ਫ੍ਰਿਜ ਕੈਨ ਰੱਖਿੰਦਾ ਯਾਰ ਮੈਂ ਕੋ ਇਲਮ ਹੀ ਪਿਆ ਸਿਰਫ ਵਕਤੀ ਤੌਰ ਅਸਾਂ ਨੇ ਰੱਖਿਆ ਕਿ ਸਾਰੇ ਕਿਨੇ ਸਮਾਨ ਦੀ ਸੈਟਿੰਗ ਨਹੀਂ ਥੀ ਮੈਂ ਕਿ ਵੀ ਜਿਸਮ ਸੈਟਿੰਗ ਕਰਿਆ ਸੋ ਇਨ ਕਮਰੇ ਦੇ ਵਿੱਚ ਵਲਾ ਫ੍ਰਿਜ ਜਿਹੜੀ ਹੈ ਨਾ ਚਾਹ ਕੇ ਤੇ ਵਲਾ ਇਥੇ ਹੀ ਰੱਖ ਦੇ ਸੋ ਔਰ ਵੀ ਔਰ ਸਭ ਤੋਂ ਜਿਹੜੀ ਮਹਿੰਗੀ ਚੀਜ਼ ਮੈਂ ਮੇਰੇ ਸਸੁਰਾਲ ਨੇ ਗਿਫਟ ਕੀਤੀ ਹੈ ਨਾ ਸਮਾਨ ਤਾਂ ਹੈ ਕਹਿੰਦਾ ਯਾਰ ਉਹਦੀ ਜਿੰਨੀ ਮੈਂ ਕੀਮਤ ਬਣਾਵਾਂ ਨਾ ਉਹਦੀ ਘੱਟ ਹੈ ਭਾਈ ਇਤਨੀ ਮਹਿੰਗੀ ਚੀਜ਼ ਹੈ ਭਾਈ ਸਭ ਤੋਂ ਜਿਹੜੀ ਮਹਿੰਗੀ ਚੀਜ਼ ਤਾਂ ਕੋਆ ਦਾ ਪਿਆਮ ਨਾ ਉਹ ਇਹ ਚੀਜ਼ ਹੀ ਹੈ ਭਾਈ ਇਹ ਕੀ ਚੀਜ਼ ਹੈ ਭਾਈ ਮੈਂ ਤਾਂ ਕੋਈ ਕਹਿਣਾ ਕੁਰਾਨ ਮਜੀਦ ਹੈ ਵੀ ਬਰ ਇਹ ਮੈਂ ਕੀ ਕਹਿਣਾ ਕਮੈਂਟ ਕਰਕੇ ਸੈਸ ਹੋ ਤੇ ਥੈਂਕ ਯੂ ਨਾ ਬਸ ਅੱਜ ਦੇ ਵਲੌਗ ਦਾ ਐਂਡ ਉਮੀਦ ਕਰਾਂ ਤੁਹਾਨੂੰ ਅੱਜ ਦਾ ਜਿਹੜਾ ਸਾਰਾ ਵਲੌਗ ਹੈ ਨਾ ਚੰਗਾ ਲੱਗਾ ਸੀ ਅਗਰ ਅੱਜ ਦਾ ਵਲੌਗ ਚੰਗਾ ਲੱਗਾ ਸਰ ਚੈਨਲ ਸਬਸਕ੍ਰਾਈਬ ਕਰ ਸੋ ਤੁਸੀਂ ਸ਼ੇਅਰ ਕਰ ਸੋ ਰਾਂਸ਼ਨ ਮਿਸ ਨਾ ਮਿਲਣ ਤੱਕ ਕੇ ਲਈ ਅੱਲਾ ਹਾਫਿਜ਼ ਬਾਏ ਬਾਏ।